ਹੁੰਦਾ ਹਜੇ ਲੰਬੇ ਰੁੱਖ ਨਹੀਂ ਹੁੰਦਾ ਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਹਾਲਤ ਵੇਖੋ ਮੇਰੀ, ਇਹ ਕਿਉਂ ਆ? ਆ ਵੇਖੋ, ਮਤਲਬ ਮੇਰੀ ਨੀ, ਤੁਸੀਂ ਮੇਰੇ ਫਿਲਹਾਲ ਸਾਰੇ ਘਰ ਦੀ ਹਾਲਤ ਵੇਖ ਸਕਦੇ ਹੋ। ਇੱਧਰ ਸਾਰੇ ਬੰਨੇ ਖਲਾਰਾ ਮੈਂ ਪਾਇਆ ਹੋਇਆ ਵਾ। ਕਿਉਂ ਪਾਇਆ ਹੋਇਆ ਵਾ? ਤੁਹਾਨੂੰ ਦੱਸਿਆ ਸੀਗਾ ਕਿ ਮੈਂ ਹੋ ਰਹੀ ਹਾਂ ਚੰਡੀਗੜ੍ਹ ਸ਼ਿਫਟ, ਮਤਲਬ ਚੰਡੀਗੜ੍ਹ ਨਹੀਂ ਮੋਹਾਲੀ, ਮੋਹ ਚੰਡੀਗੜ੍ਹ ਹੀ ਨਿਕਲਦਾ ਵਾ, ਅਤੇ ਮੋਹਾਲੀ ਸ਼ਿਫਟ ਹੋ ਰਹੇ ਹਾਂ ਅਸੀਂ। ਕੱਲ੍ਹ ਜਾਣਾ ਆ, ਕੱਲ੍ਹ ਹੈਗਾ ਆ ਜੀ 19 ਤਰੀਕ ਮੰਗਲਵਾਰ। ਅਤੇ ਆਹ ਵੇਖੋ, ਆਹ ਬੈਗ ਭਰੇ ਹੋਏ ਕੱਪੜਿਆਂ ਦੇ ਆਹ ਬੈਗ, ਆਹ ਸਾਡੀਆਂ ਚਾਦਰਾਂ ਚੁਦਰਾਂ ਵਾ। ਸੋ ਬੜਾ ਖਲਾਰਾ ਪਾਇਆ ਹੋਇਆ ਮੈਂ ਇਸ ਵਕਤ, ਮੈਂ ਪੈਕਿੰਗ ਕਰ ਰਹੀ ਹਾਂ। ਸੋ ਵਲੌਗ ਆਪਾਂ ਕਰਦੇ ਹਾਂ ਪੈਕਿੰਗ ਦਾ ਤੁਹਾਡੇ ਨਾਲ, ਅਤੇ ਜਦੋਂ ਸਾਰੀ ਹੋ ਜੂਗੀ ਉਦੋਂ ਵੀ ਵਿਖਾਊਂਗੀ। ਫਿਲਹਾਲ ਤੁਸੀਂ ਕਰੋ ਮੇਰੇ ਨਾਲ ਪੈਕਿੰਗ, ਮੈਂ ਅਲਮੀਰਾ ਵਿਖਾਵਾਂ ਤੁਹਾਨੂੰ ਆਪਣੀ। ਹੁਣ ਜੱਜ ਨਾ ਕਰਿਓ, ਖਲਾਰਾ ਇਸ ਕਰਕੇ ਪਿਆ ਕਿਉਂਕਿ ਮੈਂ ਵਿੱਚੋਂ ਕੱਪੜੇ ਕੱਢ ਕੇ ਅਤੇ ਪੈਕਿੰਗ ਕਰਨ। ਆਹ ਵੇਖੋ, ਆਹ ਇਸ ਵਕਤ ਮੇਰੀ ਅਲਮੀਰਾ ਦਾ ਹਾਲ ਹੈ ਕੁਛ, ਕਿਉਂਕਿ ਮਤਲਬ ਆਲਮੋਸਟ ਖਾਲੀ ਆ ਅਤੇ ਆਲਮੋਸਟ ਕੱਢ ਰਹੀ ਹਾਂ। ਬਸ ਕੁਛ ਕੁ ਛੱਡ ਕੇ ਜਾਊਂਗੀ, ਕੁਛ ਕੁ ਲੈ ਕੇ ਜਾਊਂਗੀ। ਸੋ ਬੜਾ ਹੀ ਖਲਾਰਾ ਜੇ ਮੈਂ ਕਹਿੰਦੀ। ਆਹ ਵੇਖੋ, ਆਹ ਵੇਖੋ, ਆਹ ਕੁਛ ਕੁ ਪੈਕਿੰਗ ਕੀਤੀ ਆ, ਕੁਛ ਕਾ ਵਾ, ਇੱਕ ਦੋ ਬੈਗ ਇੱਧਰ ਉੱਧਰ, ਸਾਰੇ ਕੱਪੜੇ ਖੜਨ ਵਾਲੇ ਆ। ਮਤਲਬ ਅਜੇ ਪਹਿਲੇ ਸਾਰੇ ਬੈਗ ਸਮਾਨ ਯੇ ਵੋ ਇਹ ਸਭ ਜਿਹੜਾ ਨਾ ਦੋਸਤੋ, ਇਹ ਖੜਨ ਵਾਲਾ ਵਾ, ਇਹ ਸਭ ਮੈਂ ਲੈ ਕੇ ਜਾਣਾ ਵਾ। ਅੱਜ ਆ ਸੋਮਵਾਰ, ਤੇ ਸਿਰਫ ਘਰ ਦੇ ਕੰਮ ਨਹੀਂ, ਬਾਹਰ ਦੇ ਕੰਮ ਵੀ ਬਹੁਤ ਜ਼ਿਆਦਾ ਵਾ। ਕਵਲ ਗਏ ਹੋਏ ਆ ਬਾਹਰ ਦੇ ਕੰਮ ਕਰਨ ਤੇ ਮੈਂ ਘਰ ਦੇ ਕੰਮ ਫਿਲਹਾਲ ਸੰਭਾਲ ਰਹੀ ਹਾਂ। ਆਹ ਵੇਖੋ, ਇਸ ਕੁੜੀ ਦੇ ਕੰਮ ਨਿਆਮਤ, ਇੱਧਰ ਵੇਖੀ ਮਮਾਲ, ਛੱਡ ਇਹ ਕਿਉਂ ਹੁੰਦਿਆ ਵਾ, ਇਹ ਕਿਉਂ ਹੁੰਦਿਆ, ਛੱਡ ਗਲੀ ਇੱਧਰੋ, ਆ ਕਰ ਆ ਕਰ ਮੁਝ ਤੇ ਨੀ ਪਈ। ਆ ਵੀ ਸਾਰੇ ਕੱਪੜੇ ਆਪਾਂ ਬੈੱਡ 'ਚ ਸੰਭਾਲਣੇ ਆ, ਆ ਵੀ ਕੱਪੜੇ ਆ, ਆ ਵੀ ਕੱਪੜੇ ਆ, ਆਹ ਟੈਚੀ ਆ, ਆਹ ਮੇਰੇ ਕਮਰੇ ਦੇ ਹਾਲ 'ਤੇ ਆ। ਤੁਹਾਨੂੰ ਮੈਂ ਰੂਮ ਟੂਮ ਦੇਣਾ ਸੀਗਾ, ਰੂਮ ਟੂਰ ਜੇ ਤਾਂ ਸਫਾਈ ਸਫੂਈ ਹੋ ਗਈ ਤਾਂ ਫਿਰ ਮੈਂ ਦਊਂਗੀ। ਕਵਲ ਦੇ ਕੱਪੜੇ ਜਿਹੜੇ ਸੰਭਾਲਣੇ ਆ। ਆਹ ਵੇਖੋ, ਆਹ ਵੀ ਅਲਮਾਰੀ 'ਚੋਂ ਕੱਢੇ ਮੈਂ ਨਾ, ਮੰਗਵਾਏ ਸੀਗੇ ਨੈੱਟ ਤੋਂ, ਅਤੇ ਇਹਨੂੰ ਆਪਾਂ ਅਲਮਾਰੀ ਨੂੰ ਔਰਗਨਾਈਜ਼ ਕਰਨ ਲਈ ਆ। ਸੋ ਇਹ ਵੀ ਆਪਾਂ ਲੈ ਜਾਂਦੇ, ਉੱਥੇ ਅਲਮਾਰੀ ਔਰਗਨਾਈਜ਼ ਕਰਾਂਗੇ। ਆਂਟੀ ਕਿਉਂ ਰੋ ਰਹੇ ਹੋ? ਸਾਡੇ ਆਂਟੀ ਨੇ ਜਿਹੜੇ ਹਾਊਸ 'ਚ ਹੈਲਪ ਕਰਦੇ ਨੇ ਤੇ ਵਿਚਾਰੇ ਇਮੋਸ਼ਨਲ ਹੋ ਰਹੇ ਸੀਗੇ, ਮੈਨੂੰ ਵੀ ਰੋਣਾ ਆ ਗਿਆ। ਸੋ ਦੋਸਤੋ, ਨਾਲ ਨਾਲ ਚੱਲ ਰਹੀ ਸੀ ਪੈਕਿੰਗ, ਬਹੁਤ ਹੀ ਟਾਇਰਿੰਗ ਦਿਨ ਸੀ। ਸਮਝ ਨਹੀਂ ਸੀ ਆ ਰਿਹਾ ਕੀ ਲੈ ਕੇ ਜਾਈਏ, ਕੀ ਛੱਡ ਕੇ ਜਾਈਏ, ਕੀ ਰਹਿ। ਔਰ ਇੱਕ ਤੁਸੀਂ ਮੈਂਟਲੀ ਇੰਨੇ ਕੁ ਜ਼ਿਆਦਾ ਪਜ਼ਲ ਹੁੰਦੇ ਹੋ ਨਾ, ਮਤਲਬ ਫੀਲ ਬੜਾ ਤੁਸੀਂ ਅਜੀਬ ਜਿਹਾ ਕਰ ਰਹੇ ਹੁੰਦੇ ਹੋ, ਸਮਝ ਨਹੀਂ ਆ ਰਿਹਾ ਦੁਖੀ ਹੋਈਏ ਜਾਂ ਖੁਸ਼ ਹੋਈਏ, ਮਿਕਸ ਜਿਹੀ ਫੀਲਿੰਗ ਚੱਲ ਰਹੀ ਹੁੰਦੀ ਹੈ। ਫਿਲਹਾਲ ਤਾਂ ਮੈਂ ਬਿਲਕੁਲ ਬਲੈਂਕ ਸੀਗੀ, ਸਮਝ ਨਹੀਂ ਸੀ ਮੈਨੂੰ ਕੁਛ ਵੀ ਆ ਰਹੀ, ਬਿਕੋਜ਼ ਕੰਮ ਇੰਨਾ ਜ਼ਿਆਦਾ ਸੀ ਅਤੇ ਉੱਪਰੋਂ ਸਮਝ ਇਹ ਹੋ ਰਿਹਾ ਸੀ ਕਿ ਹੋਜੂਗਾ ਕੰਮ ਹੋਜੂਗਾ, ਤਾਂ ਬਸ ਲੱਗੀ ਹੋਈ ਸੀ ਦੂਓ ਦੂ। ਮਤਲਬ ਮੈਂ ਮੋਰਨਿੰਗ ਤੋਂ ਜੋ ਉੱਠ ਕੇ ਸਮਾਨ ਸੰਭਾਲਣਾ ਸ਼ੁਰੂ ਕੀਤਾ, ਬਸ ਸਮਾਨ ਹੀ ਸੰਭਾਲ ਰਹੀ ਸੀਗੀ। ਮਤਲਬ ਇਹ ਸੀ ਕਿ ਬੱਚਿਆਂ ਕਰਕੇ ਮੇਨ ਹੁੰਦਾ ਹੈ ਕਿ ਕੁਛ ਰਹਿਣ ਆ ਜਾਵੇ, ਕੁਛ ਉਹਨਾਂ ਦਾ ਛੁੱਟਣਾ। ਹੁਣ ਇਹਦੇ 'ਚ ਮੈਂ ਪਾ ਰਹੀ ਹਾਂ ਆਪਣੇ ਮੇਕਅਪ ਦਾ ਸਮਾਨ ਜੋ ਕਿ ਸੰਭਾਲਣ ਵਾਲਾ ਆ, ਜੋ ਕਿ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਆ। ਸੋ ਬਸ ਉਹ ਹੁਣ ਮੈਂ ਰੱਖ ਰਹੀ ਹਾਂ, ਬਾਕੀ ਆਲਮੋਸਟ ਡਨ ਆ। ਮੇਕਅਪ ਦਾ ਸਮਾਨ ਮੇਰਾ ਨਾ ਇੱਧਰ ਉੱਧਰ ਬਹੁਤ ਖਿਲਰ ਆ, ਲਿਪਸਟਿਕਾਂ ਯੇ ਵੋ। ਸੋ ਉਹ ਸਾਰੀਆਂ ਹੁਣ ਇੱਕ ਥਾਂ ਇਕੱਠੀਆਂ ਕਰਕੇ ਉਹ ਰੱਖਣ ਵਾਲਾ ਰਹਿੰਦਾ ਆ। ਇਹ ਹੈਗਾ ਤਾਂ ਨਿੱਕਾ ਜਿਹਾ ਹੀ ਆ ਬੋਕਸ, ਬਟ ਇਹਦੇ 'ਚ ਨਾ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਆ ਜਾਂਦੀਆਂ ਤੁਹਾਡੀਆਂ, ਜਿੱਦਾਂ ਨਿੱਕ ਸੁੱਖ ਜਿਹੜਾ ਹੁੰਦਾ ਵਾ, ਪਿੰਸ ਤੁਸੀਂ ਉਤਾਰਦੇ ਹੋ ਜ਼ਿਆਦਾਤਰ। ਕੀ ਹੁੰਦਾ ਸੀ ਮੇਰੇ ਨਾਲ ਕਿ ਮੈਂ ਜਦੋਂ ਪਿੰਸ ਲਾਉਣੀ ਆ ਨਾ ਆਪਣੀਆਂ ਏਅਰ ਪਿੰਸ, ਅਤੇ ਉਹ ਮੈਂ ਇੱਧਰ ਉੱਧਰ ਸੁੱਟ ਦਿੰਦੀ ਹਾਂ, ਮੇਰੀ ਹੁਣ ਵੀ ਆਦਤ ਆ, ਜਿੱਥੇ ਲਾਈਆਂ ਉੱਥੇ ਉਹ ਪਈਆਂ ਰਹਿ ਜਾਂਦੀਆਂ। ਪਰ ਇਹਦਾ ਇਹ ਹੁੰਦਾ ਵੀ ਇਹਦਾ ਡਰੋਰ ਨੂੰ ਓਪਨ ਕਰੋ, ਸੁੱਟੀਆਂ ਦੇ ਚੱਲ, ਇਹਦੇ 4 ਡਰੋਰਸ ਆ। ਇਹ ਮੈਂ ਡੀ ਮਾਰਟ ਤੋਂ ਲਿਆ ਸੀਗਾ ਕਾਫੀ ਚਿਰ ਪਹਿਲਾਂ, ਬਟ ਇਹ ਕਾਫੀ ਕੰਮ।
ਇਹ ਪੈਕ ਕਰ ਲਿਆ ਜੀ ਮੈਂ ਆਪਣੇ ਮੇਕਅਪ ਦਾ ਸਮਾਨ, ਅੱਧਾ ਬਚਦਾ ਆ ਜੀ, ਪਰ ਚਲੋ ਕੋਈ ਗੱਲ ਨਹੀਂ, ਇਹ ਪੈਕਿੰਗ ਮੇਰੀ ਹੋ ਗਈ ਹੈ। ਉਸ ਤੋਂ ਬਾਅਦ ਸਾਰਾ ਸਮਾਨ ਜਿਹੜਾ ਇੱਕ ਤੋੜਿਆਂ ਦੇ ਵਿੱਚ ਭਰ ਕੇ ਇਕੱਠਾ ਕਰ ਦਿੱਤਾ ਸੀ, ਜਿਆਦਾ ਇੱਕ ਤੋੜੇ 'ਚ ਆ ਬੈਗ 'ਚ ਕੱਪੜੇ ਆ, ਆਹ ਕੁਛ ਸਮਾਨ ਸੀ ਜਿਹੜਾ ਆਪਾਂ ਇੱਦਾਂ ਮਤਲਬ ਵੱਖਰਾ ਵੀ ਲੈ ਕੇ ਜਾਣਾ ਸੀਗਾ, ਬਾਕੀ ਇਸ ਤਰ੍ਹਾਂ ਆਲਮੋਸਟ ਸਾਰੇ ਤੋੜਿਆਂ 'ਚ ਭਰ ਦਿੱਤਾ ਸੀ, ਆ ਚਾਦਰਾ ਚੂਦਰਾ, ਤਾਂ ਕਿ ਸਾਨੂੰ ਗੱਡੀ 'ਚ ਰੱਖਣ 'ਚ ਕੋਈ ਦਿੱਕਤ ਨਾ ਆਵੇ, ਸਾਰਾ ਕੁਝ ਇੱਕ ਜਗ੍ਹਾ ਕਰਨਾ, ਬਸ ਇਹਨਾਂ ਨੂੰ ਹੁਣ ਤੋੜਿਆਂ 'ਚ ਕਰ ਦੇਣਾ। ਅਤੇ ਆਹ ਅਗਲੇ ਦਿਨ ਮੋਰਨਿੰਗ ਦੀ ਕਲਿੱਪ ਹੈ ਜੀ, ਅਸੀਂ ਸਵੇਰੇ ਮੋਰਨਿੰਗ ਸਾਰਾ ਸਮਾਨ ਉੱਪਰੋਂ ਲਾਇਆ ਪੌੜੀਆਂ 'ਤੇ, ਮਤਲਬ ਉੱਪਰਲੇ ਫਲੋਰ 'ਤੇ ਰਹਿੰਦੇ ਹਾਂ ਅਸੀਂ, ਅਤੇ ਆਹ ਗੱਡੀ ਆ ਗਈ ਸੀ, ਸੋ ਇਹਨੂੰ ਬਸ ਉੱਪਰ ਰੱਖਾਂਗੇ, ਗੱਡੀ ਦੇ ਪਾਪਾ ਨੇ, ਕਵਲ ਨੇ, ਡੈਡੀ ਨੇ, ਸੋ ਸਾਰੇ ਮਿਲ ਕੇ ਕਰਾਂਗੇ। ਮੌਜ ਕਿੱਥੇ ਚੱਲਿਆ? ਸਿਰਫ ਕੰਮ ਕੋਈ ਨਹੀਂ ਆਉਂਦਾ, ਬੋਲਣਾ ਆਉਂਦਾ, ਬੋਲੀ ਜਾਓ ਬੋਲੀ ਜਾਓ, ਖਣੀ ਜ਼ਬਾਨ ਨੇ ਸਾਰੇ ਕੰਮ ਹੋ ਜਾਣੇ। ਐਦਾਂ ਹੀ ਵਲੌਗ ਚਲਾਉਣੀ, ਇੱਥੇ ਨਹੀਂ ਲੰਬੀ ਜ਼ਬਾਨ ਕੰਮ ਹੋਣੀ, ਇਹ ਮੈਂ ਵਲੌਗ ਇੱਥੇ ਲੰਬੇ ਹੱਥ ਕੰਮ ਆਉਣੇ ਨੇ। ਘਰ ਛੱਡਣੇ ਸੌਖੇ ਨਹੀਂ ਜਿਨ੍ਹਾਂ ਨੂੰ ਛੱਡਣ ਵੇਲੇ ਰੋਏ, ਪਰ ਕੀ ਕਰੀਏ ਦੋਸਤੋ, ਜ਼ਿੰਦਗੀ 'ਚ ਅੱਗੇ ਵਧਣ ਲਈ ਬੜਾ ਕੁਛ ਕਰਨਾ ਪੈਂਦਾ ਹੈ। ਰੱਬ ਦਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ ਸਾਰਾ ਕੁਛ ਹੈ, ਆਪਣਾ ਘਰ ਹੈ, ਸਭ ਹੈ, ਅਤੇ ਹੁਣ ਅਸੀਂ ਕਿਰਾਏਦਾਰ ਹੋ ਜਾਣਾ। ਅੱਖਾਂ 'ਚ ਕੀ ਹੈ? ਆਪਣੇ ਘਰੋਂ ਦੂਰ ਜਾਣ ਨਾਲ ਜ਼ਿਆਦਾ ਦੁੱਖ ਮੈਨੂੰ ਇਹਨਾਂ ਦੋਵਾਂ ਭਰਾਵਾਂ ਦੇ ਦੂਰ ਹੁੰਦਾ ਹੈ, ਕਿਉਂਕਿ ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਇਕੱਠਿਆਂ ਹੀ ਵੱਡੇ ਹੋਏ ਨੇ, ਅਤੇ ਆਹ ਦੋਵੇਂ ਛੋਟੇ ਸਾਡੇ ਦੋਵੇਂ ਦੂਰ ਸਾਂਝੇ ਪਰਿਵਾਰ 'ਚ ਰਹਿੰਦੇ ਸੀ, ਜੇਠ ਜਠਾਣੀ, ਬਾਪੂ ਜੀ, ਦਾਦਾ, ਦਾਦੀ, ਬੱਚਿਆਂ ਦੇ, ਅਤੇ ਮੈਂ, ਕਵਲ, ਸਾਰੇ ਬੱਚੇ ਇਕੱਠੇ ਰਹਿਣ ਗਿੱਜੇ ਨੇ, ਸੋ ਇਹਨਾਂ ਦਾ ਉੱਥੇ ਕਿਵੇਂ ਦਿਲ ਲੱਗੂਗਾ ਪਤਾ ਨਹੀਂ, ਅਤੇ ਘਰ ਛੱਡਣਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ, ਬਹੁਤ ਹੀ ਔਖਾ ਟਾਈਮ, ਪਰ ਅੱਗੇ ਵਧਣ ਦਾ ਸੋਚ ਕੇ ਘਰੋਂ ਤੁਰ ਪਏ ਹਾਂ ਜੀ।